गुरमत कॉलेज के चेयरमैन हरिंदरपाल सिंह नाल कुछ अखौती धर्म के चौधरियों वालों गुंडागर्दी करन नूं लैके सवाल उठ रहे हैं। तो इस दरम्यान सरदार परमजीत सिंह खुराना ने इस घटना की सख्त लहजे च निंदा की है। उन्होंने कहना है कि सरदार हरिंदरपाल सिंह नाल धक्केशाही करन वाले खुद नूं धर्म के ठेकेदार मान रहे हैं, तो उन्होंने खून उस वेले क्यों नहीं खौलदा जदों DSGMC की कुर्सी से बैठे उच्च अहुदेदार पुठे सीधे बयान देंदे हैं, धार्मिक मर्यादा की उलंघना करते हैं। जे हिम्मत है तो सवाल उन्होंने भी पूछा। वाहिगुरु जी का खालसा, वाहिगुरु जी की फतेह। दिल्ली सिख गुरुद्वारा प्रबंधक कमेटी के अधीन गुरमत कॉलेज के चेयरमैन सरदार हरविंदर पाल सिंह जी नाल जो कुछ सिख नौजवानों ने 15 तरीक नूं जो मनभागी घटना की है, उहदे नाल पूरी सिख कौम का सिर शर्म नाल चुक गया है। वैसे ही सिख कौम पिछले काफ़ी टाइम तो दिल्ली सिख गुरुद्वारा प्रबंधक कमेटी दी नाकामियां नाल बहुत नमोशी चल रही सी, उत्थे इन्हां ने एक होर उहदे उत्ते तगमा लगा दिता है, क्योंकि सवाल आस्था का सी। गुरुद्वारा बंगला साहब के अमृत नूं पाणी कहा गया सी। मैं इस गल ते नहीं आवांगा भी उस टाइम कौन गलत सी या कौन ठीक सी। सवाल आस्था का होण दी वजह करके जायज़ है भी हर इंसान का खून खोलता है, लेकिन मैं उन्होंने नौजवान वीरां कोलों एक गल पुछना चाहवांगा भी जदों सरदार मनजिंदर सिंह सिरसा प्रधान दिल्ली सिख गुरुद्वारा प्रबंधक कमेटी ने गुरु हरकृष्ण साहब महाराज ਨੂੰ ਕੁਆਰੰਟਾਈਨ ਕਰਨ ਦੀ ਗੱਲ ਕੀਤੀ ਸੀ, ਤਾਂ ਤੁਹਾਡਾ ਹਿਰਦਾ ਨਹੀਂ ਬਲੁੰਦਰਿਆ ਗਿਆ? ਜਦੋਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੰਸਕਾਰ ਕਰਨ ਤੋਂ ਪਹਿਲੇ ਦਹੀਂ ਨਾਲ ਇਸ਼ਨਾਨ ਕਰਾਇਆ ਗਿਆ ਜੋ ਸਿਰਸਾ ਜੀ ਨੇ ਕਿਹਾ ਸੀ, ਉਸ ਵੇਲੇ ਤੁਹਾਡੇ ਮਨ ਨੂੰ ਠੇਸ ਨਹੀਂ ਪਹੁੰਚੀ? ਜਦੋਂ ਹਰਮੀਤ ਸਿੰਘ ਕਾਲਕਾ ਜੀ ਸ਼ਬਦ ਗਲਤ ਪੜ੍ਹਦੇ ਨੇ ਗੁਰਬਾਣੀ ਦੇ, ਤੁਹਾਡਾ ਉਸ ਵੇਲੇ ਦਿਲ ਨਹੀਂ ਬਲੁੰਦਰਿਆ ਗਿਆ? ਤੁਹਾਡੀ ਆਸਥਾ ਨੂੰ ਉਸ ਵੇਲੇ ਠੇਸ ਨਹੀਂ ਲੱਗੀ? ਤੁਹਾਡਾ ਉਸ ਵੇਲੇ ਖੂਨ ਨਹੀਂ ਖੋਲਿਆ ਜਦੋਂ ਗੁਰਦੁਆਰਾ ਬੰਗਲਾ ਸਾਹਿਬ ਕਮੇਟੀ ਦਾ ਚੇਅਰਮੈਨ 550 ਸਾਲਾਂ ਗੱਡੀ ਦਾ ਸਟਿੱਕਰ ਲੱਗਿਆ ਹੋਇਆ ਇੱਕ ਲੜਕੀ ਨੂੰ ਆਪਣੀ ਗੱਡੀ 'ਚ ਬਿਠਾ ਕੇ ਔਰ ਸ਼ਰਾਬ ਦੇ ਠੇਕੇ ਤੋਂ ਬੀਅਰ ਖਰੀਦ ਰਹੇ? ਉਹ ਸਭ ਤੋਂ ਵੱਡੀ ਗੱਲ, ਉਸ ਚੇਅਰਮੈਨ ਨੂੰ ਸਰਸਾ ਜੀ ਨੇ ਇੱਕ ਨਹੀਂ ਦੋ ਨਹੀਂ ਤਿੰਨ ਪੋਸਟਾਂ ਦਿੱਤੀਆਂ ਹੋਈਆਂ ਨੇ। ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਕਰੋਲਬਾਗ ਦਾ ਚੇਅਰਮੈਨ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹੇਮਕੁੰਡ ਸਾਹਿਬ ਦਾ ਚੇਅਰਮੈਨ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਿਰਸਾ ਜੀ ਦਾ ਮੁੱਖ ਐਡਵਾਈਜ਼ਰ, ਉਹ ਬੰਦਾ ਜਦੋਂ ਸ਼ਰਾਬ ਦੇ ਠੇਕੇ 'ਤੇ ਬੀਅਰ ਖਰੀਦ ਰਿਹਾ, ਉਸ ਵੇਲੇ ਤੁਹਾਡਾ ਖੂਨ ਨਹੀਂ ਖੋਲਿਆ? ਖਾਸ ਕਰਕੇ ਉਹਦੀਆਂ ਹਰਕਤਾਂ ਦੇਖੋ। ਜਦੋਂ ਦਿੱਲੀ ਦੇ ਵਿੱਚ ਨਰਾਇਣਾ ਵਿਹਾਰ ਦੇ ਗੁਰਦੁਆਰੇ 'ਚ ਇਲੈਕਸ਼ਨ ਸੀ, ਉਹ ਇਨਸਾਨ ਘੱਟ ਤੋਂ ਘੱਟ ਮਹੀਨਾ ਡੇਢ ਮਹੀਨਾ ਇੱਥੇ ਬੈਠ ਕੇ 15-20 ਲੱਖ ਰੁਪਏ ਪੱਲੋ ਖਰਚ ਕਰਕੇ ਔਰ ਇੱਥੇ ਇਲੈਕਸ਼ਨ ਕਰਵਾ ਕੇ ਆਪਣੇ ਮਤਲਬ ਦੀ ਟੀਮ ਬਣਵਾ ਰਿਹਾ ਵੇ। ਟੀਮ ਨਹੀਂ ਬਣਾਈ ਬਲਕਿ ਕਬਜ਼ੇ ਕਰਾਏ ਨੇ ਇੱਥੇ। ਔਰ ਜਦੋਂ ਨਰਾਇਣਾ ਗੁਰਦੁਆਰੇ ਦੇ ਵਿੱਚ 6 ਮਹੀਨੇ ਕਮੇਟੀ ਨਹੀਂ ਚੱਲੀ, ਮੈਂ ਆਪ ਜੀ ਨੂੰ ਦੱਸਣਾ ਇਸ ਕਰਕੇ ਜ਼ਰੂਰੀ ਸਮਝ ਰਿਹਾ ਵਾਲੀ ਗੱਲਾਂ, ਕਿਉਂਕਿ ਮੈਨੂੰ ਪਤਾ ਹੈ ਮੇਰੀ ਇਸ ਵੀਡੀਓ ਤੋਂ ਬਾਅਦ ਜਦੋਂ ਮੈਂ ਇਹ ਦੇਖਿਆ, ਜਦੋਂ ਇਹਨਾਂ ਨੂੰ ਸ਼ੀਸ਼ਾ ਦਿਖਾਇਆ ਜਾਏ ਨਾ, ਇਹ ਲੋਕਾਂ ਦੇ ਕੱਪੜੇ ਉਤਾਰਦੇ ਨੇ। ਮੈਂ ਇਸ ਕਰਕੇ ਸਾਰੀ ਗੱਲਾਂ ਪਹਿਲੇ ਕਲੀਅਰ ਕਰਨਾ ਚਾਹੁੰਦਾ ਵਾਂ। ਇਹ ਚੇਅਰਮੈਨ ਸਾਹਿਬ ਨੇ ਨਰਾਇਣਾ ਗੁਰਦੁਆਰੇ ਦੇ ਵਿੱਚ ਜਦੋਂ ਆਪਣੀ ਕਬਜ਼ਾ ਕਰਕੇ ਕਮੇਟੀ ਬਣਵਾਈ ਔਰ 6 ਮਹੀਨੇ ਦੀ ਕਮੇਟੀ ਨਹੀਂ ਚੱਲੀ, ਕਿਉਂਕਿ ਝੂਠ ਦੇ ਪੈਰ ਨਹੀਂ ਹੁੰਦੇ ਕਦੀ ਵੀ। ਕਮੇਟੀ 6 ਮਹੀਨੇ ਬਾਅਦ ਹੀ ਆਪਸ ਵਿੱਚ ਝਗੜਾ ਪੈ ਗਿਆ, ਕਮੇਟੀ ਡਿਸਾਲਵ ਹੋ ਗਈ। ਅੱਜ 2-3 ਬੰਦੇ ਉਹ ਕਬਜ਼ਾ ਕਰਕੇ ਗੁਰਦੁਆਰੇ ਦੇ ਬੈਠੇ ਨੇ। ਉਸ ਲਈ ਮੈਂ ਵੀਰਾਂ ਕੋਲ ਪੁੱਛਾਂਗਾ, ਜਦੋਂ ਤੁਹਾਨੂੰ ਇਹ ਗੱਲ ਪਤਾ ਚੱਲੀ, ਉਸ ਵੇਲੇ ਤੁਹਾਡੇ ਖੂਨ ਨਹੀਂ ਖੋਲਿਆ? ਦਾਸ ਦੇ ਪਿਤਾ ਜੀ ਵਾਸਤੇ 27 ਜਾਂ 28 ਦਸੰਬਰ 2019 ਜਦੋਂ ਇਹਨਾਂ ਨੇ ਸਟੇਜ ਤੱਕੜ ਹੋ ਕੇ ਮੇਰੇ ਪਿਤਾ ਜੀ ਐਸੇ ਕੋਈ ਗਲਤ ਗੱਲਾਂ ਕੀਤੀਆਂ, ਦਾਸ ਨੇ ਮਨਾ ਕਰਨ ਦੇ ਬਾਵਜੂਦ ਇਹਨਾਂ ਨੇ ਮੇਰੇ 'ਤੇ ਹੱਥ ਚੁੱਕਿਆ। ਪੂਰੀ ਦੁਨੀਆ ਦੇ ਵਿੱਚ ਇਸ ਚੇਅਰਮੈਨ ਔਰ ਇਹਨਾਂ ਦੇ ਬੱਚਿਆਂ ਨੇ ਵੀਡੀਓ ਵਾਇਰਲ ਕਰ ਦਿੱਤੀ ਮੇਰੀ। ਕੀ ਤੁਹਾਡਾ ਉਸ ਵੇਲੇ ਖੂਨ ਨਹੀਂ ਖੋਲਿਆ? ਤੁਹਾਡੇ ਉਸ ਵੇਲੇ ਹਿਰਦੇ ਨਹੀਂ ਬਲੁੰਦੜੇ ਗਏ? ਤੁਹਾਡੀ ਆਸਥਾ ਨੂੰ ਠੇਸ ਨਹੀਂ ਪਹੁੰਚੀ? ਬਈ ਇੱਕ ਗੁਰਦੁਆਰਾ ਬੰਗਲਾ ਸਾਹਿਬ ਕਮੇਟੀ ਦਾ ਚੇਅਰਮੈਨ ਹੋਵੇ ਔਰ ਇਹੋ ਜਿਹੀ ਹਰਕਤਾਂ ਕਰ ਰਿਹਾ ਹੋਵੇ? ਔਰ ਦੂਸਰੀ ਗੱਲ, ਲਾਕਡਾਊਨ ਦੇ ਦੌਰਾਨ ਕਈ ਐਸੇ ਪਰਿਵਾਰ ਸੀ ਜਿਹੜੇ ਤੜਫ ਰਹੇ ਸੀ ਬਈ ਲਾਕਡਾਊਨ ਖੁੱਲ੍ਹੇ ਤਾਂ ਅਸੀਂ ਸਾਹਿਬ ਸ਼੍ਰੀ ਗੁਰੂ ਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰ ਦੇ ਦਰਸ਼ਨ ਕਰਕੇ ਆਈਏ। ਉਹਨਾਂ ਦੇ ਘਰਾਂ 'ਚ ਅੰਮ੍ਰਿਤ ਵੀ ਖਤਮ ਸੀ। ਮੇਰੇ ਵਰਗੇ ਕਈ ਪਰਿਵਾਰ ਚਾਹੁੰਦੇ ਸੀ ਵੀ ਅੰਮ੍ਰਿਤ ਦੀ ਬੋਤਲ ਘਰ ਕਿਸੇ ਤਰੀਕੇ ਆ ਜਾਏ ਤਾਂ ਕਿ ਅਸੀਂ ਅੰਮ੍ਰਿਤ ਰੋਜ਼ ਜਿਵੇਂ ਪਹਿਲੇ ਲੈਂਦੇ ਸਮੇਂ ਲੈਂਦੇ ਰਹੀਏ। ਤੁਸੀਂ ਲੋਕਾਂ ਦੇ ਘਰ ਸੈਂਕੜੋ ਨਹੀਂ ਹਜ਼ਾਰੋਂ ਬੋਤਲਾਂ ਅੰਮ੍ਰਿਤ ਦੀ ਭਿਜਵਾਈਆਂ ਨੇ, ਬਹੁਤ ਅੱਛਾ ਕੰਮ ਕੀਤਾ। ਉਸ ਅੰਮ੍ਰਿਤ ਨੂੰ ਭਿਜਵਾਉਣ ਵੇਲੇ ਤੁਹਾਡੇ ਮਨ ਦੇ ਵਿੱਚ ਉਹ ਖਿਆਲ ਨਹੀਂ ਆਇਆ ਵੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਜਨਰਲ ਮੈਨੇਜਰ ਸੀ ਸੂਬੇਦਾਰ, ਜੋ ਇੱਕ ਸੇਵਾਦਾਰ ਲਈ ਅੰਮ੍ਰਿਤ ਦੇ ਨਾਲ ਲਹਿਰ ਤੋਂ ਆ ਰਿਹਾ ਸੀ, ਉਸ ਵੇਲੇ ਤੁਹਾਡੇ ਅੱਖਾਂ ਦੇ ਸਾਹਮਣੇ ਉਹ ਸੀਨ ਨਹੀਂ ਆਇਆ? ਤੁਹਾਡੇ ਹਿਰਦੇ ਨੂੰ ਠੇਸ ਨਹੀਂ ਪਹੁੰਚੀ? ਤੁਹਾਡੀ ਆਸਥਾ ਨੂੰ ਠੇਸ ਨਹੀਂ ਪਹੁੰਚੀ? ਤੁਹਾਡਾ ਖੂਨ ਨਹੀਂ ਖੋਲਿਆ ਵੀ ਉਹ ਮੈਨੇਜਰ ਅੰਮ੍ਰਿਤ ਦੇ ਨਾਲ ਉਸ ਵੇਲੇ ਪੈਰ ਤੋਂ ਆ ਰਿਹਾ ਸੀ, ਤੁਸੀਂ ਉਸ ਵੇਲੇ ਕਿਉਂ ਨਹੀਂ ਕੁਝ ਕੀਤਾ? ਅੱਜ ਤੁਸੀਂ 15-12 ਬੰਦੇ ਇਕੱਠੇ ਹੋ ਕੇ ਇੱਕ ਚੇਅਰਮੈਨ ਦੇ ਕੋਲ ਚਲੇ ਗਏ ਉਹਨੂੰ ਬਾਹਰ ਕੱਢਣ ਵਾਸਤੇ, ਉਹਦੀ ਨੇਮ ਪਲੇਟ ਉਤਾਰਨ ਵਾਸਤੇ, ਤੁਸੀਂ ਗੁਰਦੁਆਰਾ ਬੰਗਲਾ ਸਾਹਿਬ ਕਮੇਟੀ ਦੇ ਚੇਅਰਮੈਨ ਦੀ ਨੇਮ ਪਲੇਟ ਕਿਉਂ ਨਹੀਂ ਉਤਾਰੀ? ਕਿਉਂ ਨਹੀਂ ਉਹਦੇ ਕੋਲ ਸਵਾਲ ਕੀਤਾ? ਅੱਜ ਤੁਸੀਂ ਅਕਾਲ ਤਖਤ 'ਤੇ ਛੋੜ ਦਿੱਤਾ। ਅਕਾਲ ਤਖਤ ਸਾਹਿਬ 'ਤੇ ਜੋ ਇਨਸਾਫ ਮਿਲਿਆ ਉਹ ਸਭ ਨੂੰ ਪਤਾ ਹੈ। ਜਦ ਉਹ ਬੰਦਾ ਖੁਦ ਮੰਨ ਰਿਹਾ
ਬਈ ਮੈਂ ਬੀਅਰ ਖਰੀਦੀ ਸੀ ਪਹਿਲੇ ਉਹ ਕਹਿੰਦਾ ਜੀ ਮੈਂ ਮਾਊਂਟੇਨ ਡਿਊ ਲਈ ਸੀ ਬਾਅਦ ਵਿੱਚ ਕਹਿੰਦਾ ਜੀ ਮੈਂ ਬੀਅਰ ਖਰੀਦੀ ਸੀ ਲੇਕਿਨ ਮੈਂ ਵਰਤੋਂ ਨਹੀਂ ਕੀਤੀ ਬੰਗਲਾ ਸਾਹਿਬ ਗੁਰਦੁਆਰਾ ਕਮੇਟੀ ਦਾ ਚੇਅਰਮੈਨ ਹੋਵੇ ਉਹ 550 ਸਾਲਾਂ ਗੱਡੀ ਦੇ ਸਟਿੱਕਰ ਲਗਾ ਕੇ ਔਰ ਇੱਕ ਲੜਕੀ ਨੂੰ ਬਿਠਾ ਕੇ ਬੀਅਰ ਖਰੀਦ ਰਿਹਾ ਔਰ ਅਕਾਲ ਤਖਤ ਸਾਹਿਬ ਨੇ ਜੋ ਫੈਸਲਾ ਕੀਤਾ ਤੁਹਾਡੇ ਸਾਹਮਣੇ ਹੈ ਮੈਂ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਨਮਨ ਕਰਦਾ ਵਾਂ ਨਮਸਕਾਰ ਕਰਦਾ ਵਾਂ ਲੇਕਿਨ ਮੈਂ ਅਕਾਲ ਤਖਤ ਸਾਹਿਬ ਨੂੰ ਇਸ ਵੀਡੀਓ ਦੇ ਰਾਹੀਂ ਦੁਬਾਰਾ ਬੇਨਤੀ ਕਰਾਂਗਾ ਬਈ ਉਸ ਫੈਸਲੇ ਦੇ ਉੱਤੇ ਦੁਬਾਰਾ ਗੌਰ ਕੀਤਾ ਜਾਵੇ ਜੋ ਇਹਨਾਂ ਨੌਜਵਾਨ ਸਿੱਖਾਂ ਨੇ ਗੁਰਮਤ ਕਾਲਜ ਦੇ ਚੇਅਰਮੈਨ ਨਾਲ ਜੋ ਹਾਲ ਕੀਤਾ ਜੋ ਸਲੂਕ ਕੀਤਾ ਇਹਦੇ ਉੱਤੇ ਵੀ ਵਿਚਾਰ ਕੀਤਾ ਜਾਵੇ ਬਾਕੀ ਸੰਗਤ ਆਪ ਜਾਣੀ ਜਾਣੋ ਆਪ ਖੁਦ ਫੈਸਲਾ ਕਰੋ ਵੀ ਜੋ ਇਸ ਟਾਈਮ ਹਾਲਾਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋ ਰਹੇ ਨੇ ਇਹ ਠੀਕ ਨੇ ਜਾਂ ਗਲਤ ਨੇ ਮੇਰੀ ਆਪ ਜੀ ਅੱਗੇ ਦੁਬਾਰਾ ਔਰ ਬਾਰ ਬਾਰ ਬੇਨਤੀ ਹੈ ਸੰਗਤ ਜੀ ਅੱਗੇ ਆਓ ਅੱਗੇ ਆ ਕੇ ਆਪਣੀ ਸੇਵਾਵਾਂ ਆਪ ਸੰਭਾਲੋ ਤਾਂ ਕਿ ਜੋ ਇਸ ਟਾਈਮ ਸਿੱਖ ਕੌਮ ਉਹ ਨਮੋਸ਼ੀ ਦੇ ਵਿੱਚ ਜੋ ਸਿੱਖ ਕੌਮ ਦਾ ਸਿਰ ਜੋ ਅੱਜ ਨੀਵਾਂ ਨੀਵਾਂ ਹੁੰਦਾ ਜਾ ਰਿਹਾ ਉਹ ਅਸੀਂ ਸ਼ਾਨ ਨਾਲ ਫਿਰ ਆਪਣਾ ਸਿਰ ਉਠਾ ਕੇ ਅਸੀਂ ਦੇਖ ਸਕੀਏ ਭੁੱਲ ਚੁੱਕ ਦਿਖੇ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।